ਆਉਣਾ ਬਸ, ਮੈਂ ਤੈਨੂੰ ਕਹਿੰਦਾ ਆਉਣਾ ਹੀ ਨਹੀਂ ਮੈਂ, ਬਸ ਮੇਰੀ ਲਾਸ਼ ਆਊਗੀ ਘਰ, ਮੈਂ ਘਰ ਵੜਨਾ ਹੀ ਨਹੀਂ ਬੇਬੇ ਤੈਨੂੰ ਦੱਸਦਾ ਹੁਣ, ਮੈਂ ਜੋ ਮਰਜ਼ੀ ਹੋ ਜਾਏ ਮੈਂ ਬੇਬੇ ਘਰ ਆਉਣਾ ਹੀ ਨਹੀਂ, ਮੈਂ ਨਹੀਂ ਆਉਂਦਾ ਹੁਣ, ਮੈਨੂੰ ਦੁਬਾਰਾ ਤੁਸੀਂ ਫੋਨ ਨਾ ਕਰਿਓ, ਬਸ ਮੈਂ ਨਹੀਂ ਆਉਂਦਾ। ਚਲੋ ਯਾਰ ਕਿਆ ਹੋ ਗਿਆ, ਕਿਆ ਇਤਨਾ ਪਰੇਸ਼ਾਨ ਹੋ ਰਹੇ ਯਾਰ? ਬਸ ਯਾਰ ਬੇਬੇ ਲੜਦੀ ਰਹਿੰਦੀ ਏ ਉਹਨਾਂ ਦੀ ਮਾਂ ਨਾਲ, ਜਿਹੜਾ ਮੇਰਾ ਭਰਾ ਏ ਉਹ ਵੀ ਲੜਦਾ ਰਹਿੰਦਾ ਸਾਰਾ ਦਿਨ ਉਹਦੇ ਨਾਲ। ਉਹ ਕਹਿੰਦਾ ਜੀ ਤੂੰ ਇਹਦੇ ਕੋਲ ਕੰਮ ਨਹੀਂ ਲੈਂਦਾ, ਇਹ ਕੰਮ ਨਹੀਂ ਕਰਦੀ, ਸਾਰਾ ਦਿਨ ਵਿਹਲੀ ਰਹਿੰਦੀ ਏ, ਮੋਟੀ ਹੋਈ ਜਾਂਦੀ ਏ, ਤੂੰ ਇਹਦੇ ਕੋਲ ਕੰਮ ਨਹੀਂ ਲੈਂਦਾ ਜੀ। ਮੈਂ ਹੁਣ ਉਹਨੂੰ ਕੀ ਕਹਾਂ, ਉਹ ਵਿਚਾਰੀ ਰਹਿੰਦੀ ਏ ਬਿਮਾਰ, ਉਹਦਾ ਮੈਂ ਇਲਾਜ ਕਰਾਉਂਦਾ। ਇੱਕ ਤੈਨੂੰ ਪਤਾ ਛੋਟਾ ਜਿਹਾ ਬੱਚਾ ਹੈਗਾ, ਉਹਨੂੰ ਚੁੱਕਦੀ ਰਹਿੰਦੀ ਏ ਨਾ, ਉਹ ਚੁੱਕਣ ਉਹਨੂੰ ਪੁੱਛਣ ਨਾ ਦੱਸਣ, ਉਹ ਆਦਿ ਵਿਚਾਰੀ ਇਕੱਲੀ ਬੈਠੀ ਰਹਿੰਦੀ ਅਤੇ ਸਾਰਾ ਦਿਨ ਉਹਦੇ ਨਾਲ ਲੜਦੇ ਰਹਿੰਦੇ ਆ। ਉਹ ਹੁਣ ਕੱਲ੍ਹ ਉਹਨੂੰ ਲੜਿਆ, ਉਹ ਚਲੀ ਗਈ ਆਪਣੇ ਮਾਪਿਆਂ ਦੇ। ਅੱਛਾ, ਉਹ ਕਹਿੰਦੇ ਹੁਣ ਤੂੰ ਲੈ ਗਿਆ ਉਹਨੂੰ, ਵੀ ਮੈਂ ਆਪੇ ਲਿਆਵਾਂ ਜਾਂ ਨਾ ਲਿਆਵਾਂ, ਤੁਹਾਡਾ ਕੀ ਹੈ ਇਹਦੇ ਵਿੱਚ? ਨਹੀਂ ਯਾਰ ਅੱਲਾ ਖੈਰ ਕਰੇਗਾ ਬਸ। ਨਹੀਂ ਯਾਰ ਰਾਤੀ ਹੋਇਆ ਨਹੀਂ ਸੀ ਅੱਲਾ ਦੇ ਬੰਦੇ, ਕੱਲ੍ਹ ਦੀ ਗਈ ਹੋਈ ਪਰਸੋਂ ਦੀ। ਯਾਰ ਚੱਲ ਨਿੱਕੇ ਮੋਟੇ ਮਸਲੇ ਘਰ ਚੱਲਦੇ ਨੇ ਯਾਰ, ਮੈਂ ਜਾਣਾ ਹੀ ਨਹੀਂ ਘਰ, ਤੁਸੀਂ ਜਾ ਕੇ ਕਹਿ ਦਿਓ ਬੇਬੇ ਨੂੰ, ਉਹਨੇ ਨਹੀਂ ਆਉਣਾ। ਨਹੀਂ ਯਾਰ ਇਮਰਾਨ ਇਸ ਤਰ੍ਹਾਂ ਗੁਜ਼ਾਰੇ ਨਹੀਂ ਚੱਲਦੇ ਯਾਰ, ਮੈਂ ਆਉਂਦਾ ਯਾਰ, ਮੈਂ ਨਹੀਂ ਆਉਂਦਾ ਬਸ ਯਾਰ। ਯਾਰ ਰਾਤੀ ਮੈਂ ਯਾਰ ਬਸ ਅੱਲਾ ਖੈਰ ਕਰੇਗਾ ਯਾਰ, ਕੀ ਹੋ ਗਿਆ? ਬਸ ਕਰ, ਅੱਲਾ ਖੈਰ ਕਰੇਗਾ ਯਾਰ, ਨਹੀਂ ਜਾਂਦਾ ਯਾਰ, ਅੱਲਾ ਖੈਰ ਕਰੇਗਾ, ਰਹਿ ਨਹੀਂ ਜਾਂਦਾ ਯਾਰ। ਬਸ ਯਾਰ ਅੱਲਾ ਖੈਰ ਕਰੇਗਾ, ਕੋਈ ਨਹੀਂ ਯਾਰ, ਮੈਂ ਜਾਣਾ ਨਹੀਂ ਯਾਰ, ਮੈਂ ਜਾਣਾ ਨਹੀਂ, ਮੈਂ ਤੈਨੂੰ ਕਹਤਾ ਯਾਰ, ਬਸ ਲੈ ਆਨੇ ਆ ਨਾ ਯਾਰ, ਮੈਂ ਨਹੀਂ ਜਾਂਦਾ, ਤੂੰ ਜਾ ਕੇ ਬੇਬੇ ਨੂੰ ਕਹਿ ਦੇ ਉਹਦੀ ਲਾਸ਼ ਜਾਣੀ ਕਰ, ਮੈਂ ਜਾਣਾ ਨਹੀਂ ਕਰਦੇ ਨਾ, ਅਸੀਂ ਆਣਾ ਸੀ ਮਸਲਾ ਦੱਸਾਂ। ਉਹ ਬਸ ਕਰ ਯਾਰ, ਇਤਨਾ ਕੀ ਹੋ ਗਿਆ ਜੀ, ਛੋਟੇ-ਮੋਟੇ ਮਸਲੇ ਹੁੰਦੇ, ਬਸ ਕਰ ਯਾਰ, ਮੈਂ ਨਹੀਂ ਜਾਣਾ, ਤੁਸੀਂ ਜੋ ਮਰਜ਼ੀ ਕਰ ਲਓ, ਮੈਂ ਨਹੀਂ ਜਾਂਦਾ ਯਾਰ।